ਪੰਜਾਬ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਵੱਲੋਂ ਜ਼ਿਲ੍ਹੇ ਵਿੱਚ ਹੜ੍ਹਾਂ ਦੇ ਹਾਲਾਤਾਂ ਸੰਬੰਧੀ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਸੰਬੰਧੀ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਰਾਹਤ ਕੰਮ ਕੀਤੇ ਗਏ। ਦੇਖੋ ਦਲਜੀਤ ਸਿੰਘ ਅਜਨੋਹਾਦੀ। ਅੱਜ ਹਾਜੀਪੁਰ ਵਿੱਚ ਦੌਰਾ ਕੀਤਾ ਜੀ। ਅਸੀਂ ਅੱਜ ਹਾਜੀਪੁਰ ਦੇ ਪਿੰਡ ਨਵੀਂ ਪੱਤੀ ਬੇਲਾ ਸਰਿਆਣਾ ਦੇ ਵਿੱਚ ਦੌਰਾ ਕੀਤਾ ਹੈ। ਜਦੋਂ ਪਿੱਛੇ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ, ਪੌਂਗ ਡੈਮ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਗਈ ਸੀ ਅਤੇ ਮਿਤੀ 14 ਤਰੀਕ ਤੋਂ ਪੌਂਗ ਡੈਮ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਹ ਮਾਤਰਾ 14 ਅਤੇ 15 ਅਗਸਤ ਨੂੰ ਬਹੁਤ ਜ਼ਿਆਦਾ ਸੀ, ਜੋ ਹੁਣ ਧੀਰੇ ਧੀਰੇ ਘੱਟ ਕੇ ਬਹੁਤ ਥੋੜ੍ਹੀ ਰਹਿ ਗਈ ਹੈ। ਸਾਡੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਲਗਭਗ ਕੋਈ 19 ਪਿੰਡ ਮੁਕੇਰੀਆਂ ਸਬ ਡਿਵੀਜ਼ਨ ਦੇ ਅਤੇ 5 ਪਿੰਡ ਟਾਂਡਾ ਸਬ ਡਿਵੀਜ਼ਨ ਦੇ ਅਫੈਕਟ ਹੋਏ ਸੀਗੇ। ਟੋਟਲ ਸਾਰੇ ਪਿੰਡਾਂ ਦੇ ਵਿੱਚ 7000 ਦੇ ਕਰੀਬ ਲੋਕ ਫੜ ਨਾਲ ਪ੍ਰਭਾਵਿਤ ਹੋਏ ਸੀ, ਜਿਹਨਾਂ ਵਿੱਚੋਂ ਅਸੀਂ 4000 ਦੇ ਕਰੀਬ ਲੋਕਾਂ ਦੀ ਇਵੈਕੂਏਸ਼ਨ ਕਰਾਈ ਹੈ, ਉਹਨਾਂ ਨੂੰ ਘਰ ਤੋਂ ਬਾਹਰ ਨਿਕਾਲ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਹੁਣ ਕਿਉਂਕਿ ਪਾਣੀ ਦਾ ਲੈਵਲ ਡਾਊਨ ਜਾਣਾ ਸ਼ੁਰੂ ਹੋ ਗਿਆ, ਇਸ ਕਰਕੇ ਲੋਕ ਆਪਣੇ ਘਰਾਂ ਦੇ ਵੱਲ ਵਾਪਸ ਆ ਗਏ। ਕੱਲ੍ਹ ਵੀ ਸਾਡੀ ਟੀਮਾਂ ਵੱਲੋਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੈਗਾ ਕੈਂਪ ਲਗਾਏ ਗਏ ਸੀ, ਜਿੱਥੇ ਲੋਕਾਂ ਦਾ ਹੜ੍ਹਾਂ ਨਾਲ ਜੋ ਵੀ ਨੁਕਸਾਨ ਹੋਇਆ ਜਾਂ ਫਿਰ ਉਹਨਾਂ ਦੀ ਜੋ ਵੀ ਜ਼ਰੂਰਤਾਂ ਹੈ ਉਸ ਸੰਬੰਧੀ ਇਹਨਾਂ ਤੋਂ ਜਾਣਕਾਰੀ ਲਈ ਗਈ ਹੈ। ਇਹ ਕੈਂਪ ਸਾਡੇ ਪਿੰਡ ਬੇਲਾ ਸਰਿਆਣਾ, ਮੁਕੇਰੀਆਂ, ਪਿੰਡ ਹਲੇੜ ਜਨਾਰਦਨ, ਪਿੰਡ ਸਨਿਆਲ, ਇਹਨਾਂ ਪਿੰਡਾਂ ਦੇ ਵਿੱਚ ਲੱਗੇ ਸੀ, ਮੁਕੇਰੀਆਂ ਹਲਕੇ ਦੇ ਵਿੱਚ ਅਤੇ ਟਾਂਡਾ ਸਬ ਡਿਵੀਜ਼ਨ ਦੇ ਵਿੱਚ ਅਬਦੁੱਲਾਪੁਰ ਪਿੰਡ ਦੇ ਵਿੱਚ ਲੱਗਿਆ ਸੀ। ਲੋਕਾਂ ਦਾ ਹੜ੍ਹਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਇਸ 'ਤੇ ਅਸੀਂ ਸਾਰੀ ਮਾਤਰਾ ਗਿਣ ਰਹੇ ਹਾਂ ਕਿ ਕਿਸ ਤਰ੍ਹਾਂ ਕਿੰਨਾ ਨੁਕਸਾਨ ਹੋਇਆ ਤਾਂ ਕਿ ਇਹਨਾਂ ਨੂੰ ਮੁਆਵਜ਼ਾ ਅਸੀਂ ਦਿਲਵਾ ਸਕੀਏ। ਫਿਲਹਾਲ ਸਾਡਾ ਸਾਰਾ ਜੋ ਫੋਕਸ ਹੈ ਲੋਕਾਂ ਨੂੰ ਮੈਡੀਕਲ ਹੈਲਪ, ਐਨੀਮਲ ਹਸਬੈਂਡਰੀ ਵੱਲੋਂ ਜਾਨਵਰਾਂ ਅਤੇ ਪਸ਼ੂਆਂ ਦੇ ਲਈ ਦਵਾਈਆਂ ਅਤੇ ਚਾਰਾ, ਇਸ ਪ੍ਰਬੰਧਨ ਦੇ ਲਈ ਅਸੀਂ ਲੱਗੇ ਹੋਏ ਹਾਂ। ਬਿਜਲੀ ਦੀ ਰੀਸਟੋਰੇਸ਼ਨ ਅੱਜ ਸਾਰੀ ਥਾਵਾਂ 'ਤੇ ਹੋ ਜਾਵੇਗੀ ਅਤੇ ਇਸੇ ਤਰ੍ਹਾਂ ਪਾਣੀ ਦੀ ਸਪਲਾਈ ਵੀ ਅਸੀਂ ਸਾਰੀ ਥਾਵਾਂ 'ਤੇ ਰੀਸਟੋਰ ਕਰ ਚੁੱਕੇ ਹਾਂ।